ਕੌਮਾਂ ਉਹੀ ਜੱਗ ਤੇ ਜਿਉਂਦੀਆਂ ਨੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਪੈਂਦਾ ਅੰਤਾਂ ਨੂੰ ਮੁੱਲ ਕੁਰਬਾਨੀਆਂ ਦਾ ਚਾਹੇ ਅੱਜ ਪੈ ਜਾਏ ਚਾਹੇ ਕੱਲ ਪੈ ਜਾਏ। 12 ਸਤੰਬਰ 1897 ਨੂੰ ਜਿਹੜੀ ਸਾਰਾਗੜੀ ਦੀ ਇਤਿਹਾਸਿਕ ਲੜਾਈ ਹੋਈ ਸੀ ਉਹਨੂੰ ਆ 12 ਸਤੰਬਰ ਨੂੰ 124 ਸਾਲ ਹੋ ਜਾਣੇ ਤੇ ਇਸ ਸਪੈਸ਼ਲ ਦਿਨ ਤੇ ਇਸ ਖਾਸ ਦਿਨ ਤੇ 124 ਸਾਲਾਂ ਤੇ ਇੰਗਲੈਂਡ ਦੇ ਵਿੱਚ ਗੋਰਿਆਂ ਵੱਲੋਂ ਉਸ ਕੰਮ ਦੀ ਪਰਮਿਸ਼ਨ ਦਿੱਤੀ ਗਈ ਆ ਜੋ ਸਾਡੇ ਪੰਜਾਬ ਦੇ ਵਿੱਚ ਵੀ ਹਾਲੇ ਤੱਕ ਨਹੀਂ ਹੋਇਆ। ਉਹਨਾਂ ਨੇ ਇਸ ਯੁੱਧ ਦੇ ਜਿਹੜੇ ਨਾਇਕ ਸੀ ਹੀਰੋ ਸੀਗੇ ਜਿਹੜੇ ਬਾਕੀ ਸਿੰਘਾਂ ਨੂੰ 20 ਸਿੰਘਾਂ ਨੂੰ ਲੀਡ ਕਰ ਰਹੇ ਸੀ ਹੌਲਦਾਰ ਈਸ਼ਰ ਸਿੰਘ ਉਹਨਾਂ ਦਾ ਬੁੱਤ ਲਾਉਣ ਦੀ ਪਰਮਿਸ਼ਨ ਇੰਗਲੈਂਡ ਦੇ ਵਿੱਚ ਦਿੱਤੀ ਆ। ਹੁਣ ਹੌਲਦਾਰ ਈਸ਼ਰ ਸਿੰਘ ਉਹਨਾਂ ਦਾ ਬੁੱਤ ਇੰਗਲੈਂਡ ਦੇ ਵਿੱਚ ਬੈਂਸਫੀਲਡ ਦੇ ਵਿੱਚ ਗੁਰੂ ਘਰ ਦੇ ਵਿੱਚ ਲੱਗਣਾ ਤੇ ਇਸ ਬੁੱਤ ਦਾ ਉਦਘਾਟਨ ਆ ਜਿਹੜੀ ਪਰਦੇ ਚੁੱਕਣ ਦੀ ਰਸਮ ਆ ਉਸ ਦੇ ਲਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ ਉਹ ਸਪੈਸ਼ਲ ਤੌਰ ਤੇ ਇੰਗਲੈਂਡ ਪਹੁੰਚਣਗੇ ਤੇ ਇਸ ਤੋਂ ਬਾਅਦ ਉਹ ਬੁੱਤ ਚੱਕਣ ਦੀ ਜਿਹੜੀ ਰਸਮ ਕਰਨਗੇ ਉਸ ਤੋਂ ਪਹਿਲਾਂ ਜਿਹੜਾ ਕਿ ਵੈਲ ਲੇਨ ਤੋਂ ਲੈ ਕੇ ਬੁੱਤ ਤੱਕ ਆ ਬੈਂਡ ਦੇ ਨਾਲ ਸਪੈਸ਼ਲ ਇੱਕ ਮਾਰਚ ਕੱਢਿਆ ਜਾਣਾ ਆ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਹੌਲਦਾਰ ਈਸ਼ਰ ਸਿੰਘ ਉਹਨਾਂ ਦੀ ਕੁਝ ਅਹਿਮ ਅਹਿਮ ਗੱਲਾਂ ਦੀ ਤਾਂ ਹੌਲਦਾਰ ਈਸ਼ਰ ਸਿੰਘ ਉਹਨਾਂ ਦਾ ਜਨਮ 1858 ਨੂੰ ਜਗਰਾਉਂ ਦੇ ਕੋਲੇ ਝੋਡਾ ਪਿੰਡ ਦੇ ਵਿੱਚ ਹੋਇਆ ਸੀਗਾ। ਇਸ ਤੋਂ ਬਾਅਦ ਸਿਰਫ 18 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਸੀਗੀ ਸਿੱਖ ਜਿਹੜੀ ਰੈਜੀਮੈਂਟ ਸੀ ਉਹਨੂੰ ਜੁਆਇਨ ਕਰ ਲਿਆ ਸੀਗਾ। 1877 ਦੇ ਵਿੱਚ 36ਵੀਂ ਸਿੱਖ ਰੈਜੀਮੈਂਟ 'ਚ ਉਹਨਾਂ ਨੂੰ ਪੋਸਟ ਕਰ ਦਿੱਤਾ ਗਿਆ। 1893 ਦੇ ਵਿੱਚ ਬੀਬੀ ਜਵਾਨੀ ਕੌਰ ਦੇ ਨਾਲ ਇਹਨਾਂ ਦਾ ਜਿਹੜਾ ਵਿਆਹ ਹੋਇਆ ਸੀਗਾ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ 1893 ਤੋਂ ਬਾਅਦ 1897 ਜਿਹੜੀ ਸਾਰਾਗੜੀ ਦੀ ਲੜਾਈ ਹੋਈ ਸੀ ਉਦੋਂ ਦੇ ਇਹਨਾਂ ਦੇ ਮਰਨ ਤੱਕ ਇਹਨਾਂ ਦੀ ਸ਼ਹੀਦੀ ਦੇਣ ਤੱਕ ਵਿਆਹ ਤੋਂ ਬਾਅਦ ਦੂਜੀ ਵਾਰ ਇਹ ਆਪਣੀ ਘਰਵਾਲੀ ਨੂੰ ਨਹੀਂ ਕਦੇ ਵੀ ਦੇਖ ਸਕੇ ਸੀ। ਵਿਆਹ ਤੋਂ ਬਾਅਦ ਇਹ ਫੌਰਨ ਹੀ ਉੱਥੇ ਚਲ ਗਏ ਸੀਗੇ, ਇਹਨਾਂ ਦੀ ਪੋਸਟਿੰਗ ਸੀਗੀ, ਇਹਨਾਂ ਦੀ ਪੋਸਟਿੰਗ ਸੀਗੀ ਉਦੋਂ ਜਿਹੜਾ ਕਿ ਸਾਰਾਗੜੀ ਉੱਥੇ ਪੋਸਟ ਸੀਗੀ, ਜਿਹੜਾ ਕਿ ਕਿਲ੍ਹਾ ਸੀਗਾ ਸਾਰਾਗੜੀ ਦਾ ਉੱਥੇ ਇਹਨਾਂ ਦੀ ਪੋਸਟ ਸੀ। ਇਹਨਾਂ ਦਾ ਕੰਮ ਸੀਗਾ ਸਪੈਸ਼ਲ ਇਹ ਅਤੇ ਬਾਕੀ ਜਿਹੜੇ 20 ਸਿੰਘ ਹੋਰ ਸੀ ਇਹਨਾਂ ਨੇ ਸਿਰਫ ਨਿਗਰਾਨੀ ਰੱਖਣੀ ਸੀ ਉਹਨਾਂ ਕਿ ਉੱਧਰਲੇ ਪਾਸਿਓਂ ਅਫਗਾਨ ਬਾਰਡਰ 'ਤੇ ਇਹ ਜਿਹੜਾ ਸਾਰਾਗੜੀ ਦਾ ਕਿਲ੍ਹਾ ਸੀ ਕਿ ਜਿਹੜੇ ਅਫਗਾਨੀ ਆ ਉਹ ਇੱਥੇ ਆ ਕੇ ਹਮਲਾ ਨਾ ਕਰ ਸਕਣ। ਇਹਨਾਂ ਵਿੱਚੋਂ ਕਈ ਸਿੰਘ ਤਾਂ ਇਹੋ ਜਿਹੇ ਸੀ ਜਿਨ੍ਹਾਂ ਨੇ ਕਦੇ ਨਾ ਕੋਈ ਯੁੱਧ ਲੜਿਆ ਸੀ, ਜਿਨ੍ਹਾਂ ਨੂੰ ਨਾ ਹੀ ਹਥਿਆਰ ਚਲਾਉਣ ਦਾ ਪਤਾ ਸੀ, ਉਹ ਸਿਰਫ ਰਸੋਈਏ ਸੀ ਜਾਂ ਹੋਰ ਕੰਮਾਂ ਕਰਾਂ ਵਾਲੇ ਸੀਗੇ। ਪਰ ਉਸ ਦਿਨ 12 ਸਤੰਬਰ 1897 ਨੂੰ ਜਿਹੜੇ ਅਫਗਾਨੀ ਸੀ 10,000 ਅਫਗਾਨੀਆਂ ਨੇ ਅਚਾਨਕ ਸਵੇਰੇ 9 ਵਜੇ ਹਮਲਾ ਕਰਤਾ ਸਾਰਾਗੜੀ ਦੇ ਕਿਲ੍ਹੇ 'ਤੇ। ਇਹਨਾਂ ਨੇ ਉੱਥੇ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਕਿਸੇ ਤਰ੍ਹਾਂ ਜਿੱਥੇ ਜੋ ਕਿ ਤਾਂ ਕਿ ਇਹਨਾਂ ਨੂੰ ਜਿਹੜਾ ਕਿ ਬੈਕਅਪ ਭੇਜਿਆ ਜਾ ਸਕੇ ਅਤੇ ਉਹਨਾਂ ਨਾਲ ਜਿਹੜੇ ਮੁਕਾਬਲਾ ਕੀਤਾ ਜਾ ਸਕੇ। ਪਰ ਉਦੋਂ ਇਹਨਾਂ ਨੂੰ ਜਿਹੜਾ ਵਾਪਸ ਸੰਦੇਸ਼ ਆਇਆ ਉਹਨਾਂ ਨੇ ਵੀ ਕਿਹਾ ਵੀ ਘੱਟੋ ਘੱਟ 8-9 ਘੰਟੇ ਤੱਕ ਕੋਈ ਵੀ ਬੈਕਅਪ ਆਉਣ ਲਈ ਮਤਲਬ ਕਿ ਕੋਈ ਵੀ ਤਿਆਰੀ ਨਹੀਂ ਉਹਨਾਂ ਕੋਲ, ਜਿਹੜੇ 8-9 ਘੰਟੇ ਤੱਕ ਕੋਈ ਵੀ ਉੱਥੇ ਬੈਕਅਪ ਆ ਸਕੇ। ਇਸ ਤੋਂ ਬਾਅਦ ਇਹਨਾਂ ਨੇ 21 ਸਿੰਘਾਂ ਨੇ ਉੱਥੋਂ ਭੱਜਣ ਦੀ ਬਜਾਏ 10,000 ਅਫਗਾਨਾਂ ਦੇ ਨਾਲ ਮੁਕਾਬਲਾ ਕਰਨ ਦਾ ਸੋਚ ਰਿਹਾ ਕਿ ਅਸੀਂ ਭੱਜਣਾ ਨਹੀਂ, ਇਹਨਾਂ ਦੇ ਨਾਲ ਮੁਕਾਬਲਾ ਕਰਨਾ। ਇਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨਾ ਘਮਾਸਾਨ ਦਾ ਯੁੱਧ ਹੋਇਆ ਹੋਊਗਾ ਕਿ ਇਹ ਜਿਹੜੀ ਲੜਾਈ ਸੀਗੀ ਸਾਰਾਗੜੀ ਦੀ ਦੁਨੀਆ ਦੀ ਮਤਲਬ ਇਤਿਹਾਸ ਦੀ ਵਰਲਡ ਦੀ 5 ਮਹਾਨ ਲੜਾਈਆਂ ਦੇ ਵਿੱਚ ਸ਼ੁਮਾਰ ਹੋ ਗਈ। ਕਿਉਂ? ਕਿਉਂਕਿ 21 ਸਿੰਘਾਂ ਨੇ 10,000 ਅਫਗਾਨਾਂ ਨੂੰ ਉੱਥੇ 8-9 ਘੰਟੇ ਤੱਕ ਰੋਕੀ ਰੱਖਿਆ, ਮਤਲਬ ਉਹਨਾਂ ਨੂੰ ਉਹ ਕਿਲ੍ਹਾ ਜਿੱਤਣ ਨਹੀਂ ਦਿੱਤਾ। ਜੇਕਰ ਉਹ ਕਿਲ੍ਹਾ ਜਿੱਤ ਜਾਂਦੇ ਤਾਂ ਉਦੋਂ ਬ੍ਰਿਟਿਸ਼ ਰਾਜ ਦੇ ਅੰਡਰ ਸੀਗਾ ਸਾਡਾ ਦੇਸ਼, ਤਾਂ ਉਹਨਾਂ ਦੇ ਲਈ ਬਾਕੀ ਇੰਡੀਆ ਦੇ ਵਿੱਚ ਐਂਟਰੀ ਕਰਨੀ ਸਾਰਾ ਕੁਝ ਕਰਨਾ ਸੁਖਾਲਾ ਹੋ ਜਾਣਾ ਸੀਗਾ। ਹੁਣ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਵੀ ਆਪਣੇ ਜਿਹੜੇ ਸਿੰਘ ਆ ਸ਼ਹੀਦ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ, ਕਦਰ ਕਰਨੀ ਚਾਹੀਦੀ ਆ। ਬਾਕੀ ਜੇਕਰ ਬੁੱਤ ਲਾਉਣ ਦੀ ਗੱਲ ਕੀਤੀ ਜਾਵੇ, ਬੁੱਤ ਲਾਉਣ ਦੇ ਜਿਹੜੇ ਖਾਸ ਫਾਇਦੇ ਇਹ ਹੋਣੇ ਆ ਵੀ ਇੰਗਲੈਂਡ ਦੇ ਵਿੱਚ ਜਿਹੜੇ ਉੱਥੋਂ ਦੇ ਸਾਡੇ ਬੱਚੇ ਆ ਜਾਂ ਗੋਰੇ ਆ ਉਹਨਾਂ 'ਚ ਇੱਕ ਕਰਿਓਸਿਟੀ ਹੋਊਗੀ, ਇੱਕ ਐਕਸਾਈਟਮੈਂਟ ਹੋਊਗੀ ਜਾਣਨ ਦੇ ਬਾਰੇ ਕਿ ਇਹ ਬੁੱਤ ਕਿਹਦਾ ਆ, ਇਹਨਾਂ ਨੇ ਕੀ ਕੀਤਾ ਸੀ, ਇਹਦੇ ਨਾਲ ਕੀ ਸਾਡੇ ਇਤਿਹਾਸ ਦੀ ਸਾਡੇ ਜਿਹੜੇ ਸ਼ਹੀਦਾਂ ਦੀ ਆ ਉਹ ਗੱਲ ਪੂਰੀ ਦੁਨੀਆ ਤੱਕ ਜਾਂਦੀ ਆ। ਪਰ ਇੱਥੇ ਜੇਕਰ ਆਪਾਂ ਆਪਣੇ ਦੇਖੀਆ ਤਾਂ ਹੁਣ ਜ਼ਿਲ੍ਹਿਆਂਵਾਲੇ ਬਾਗ ਵਿੱਚ ਵੀ ਆਪਾਂ ਦੇਖਿਆ ਕਿ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਤੋੜਿਆ ਮਰੋੜਿਆ ਜਾ ਰਿਹਾ ਆ। ਸ਼ਹੀਦ ਊਧਮ ਸਿੰਘ ਉਹਨਾਂ ਦੇ ਬੁੱਤ ਨੂੰ ਵੀ ਇਸ ਤਰ੍ਹਾਂ ਪੇਸ਼ ਕੀਤਾ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਹੁਣ ਜਿਵੇਂ ਕੋਈ ਭੀਖ ਮੰਗ ਰਿਹਾ ਹੁੰਦਾ। ਅਤੇ ਇਹ ਮੇਰੇ ਕਹਿਣ ਦਾ ਮਤਲਬ ਸਿਰਫ ਇਹੀ ਆ ਕਿ ਇੱਕ ਪਾਸੇ ਗੋਰੇ ਆ ਜਿਹੜੇ ਸਾਡੇ ਇਤਿਹਾਸ ਤੋਂ ਸਾਡੇ ਸ਼ਹੀਦਾਂ ਤੋਂ ਕਿੰਨੇ ਜ਼ਿਆਦਾ ਪ੍ਰਭਾਵਿਤ ਆ ਸਾਡੇ ਯੋਧਿਆਂ ਤੋਂ, ਅਤੇ ਇੱਕ ਪਾਸੇ ਸਾਡੇ ਜਿਹੜੀ ਸਰਕਾਰ ਆ ਉਹ ਆਪ ਹੀ ਸਾਡੇ ਜਿਹੜੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਆ। ਬਾਕੀ ਜੇਕਰ ਤੁਹਾਨੂੰ ਇਹ ਗੱਲ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਵੀ ਸਾਡੇ ਜਿਹੜੇ ਸ਼ਹੀਦ ਆ, ਸਾਡੇ ਜਿਹੜੇ ਸਿੰਘ ਹੋਏ ਆ, ਸਾਡੇ ਜਿਹੜੇ ਯੋਧੇ ਹੋਏ ਆ ਉਹ ਕਿੰਨੇ ਜ਼ਿਆਦਾ ਮਹਾਨ ਸੀਗੇ। ਧੰਨਵਾਦ।